ਇਹਨਾਂ ਵਾਸਤੇ ਉਹਨਾਂ ਨੇ ਸੋਚਿਆ ਵੀ ਆਪਾਂ ਇਹ ਜਿਹੜੇ ਆਪਣੇ ਨੌਜਵਾਨ ਨੇ ਆਪਾਂ ਇਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਅਤੇ ਇਹਨਾਂ ਬਾਈ ਵੀਰਾਂ ਦਾ ਧੰਨਵਾਦ ਕੀਤਾ, ਉਹਨਾਂ ਨੇ ਪੂਰਾ ਸਤਿਕਾਰ ਕੀਤਾ ਅਤੇ ਚਰਨੇ ਬਾਈ ਨੂੰ 5000 ਰੁਪਇਆ, 5000 ਆਪਣੇ ਰੱਜੂ ਵੀਰ ਜੀ ਨੂੰ ਉਹਨਾਂ ਨੇ ਆਪਾਂ ਨੂੰ ਦਿੱਤਾ ਹੈਗਾ, ਅਕਾਊਂਟ ਦੇ ਵਿੱਚ ਆਇਆ ਹੈਗਾ, ਅਤੇ 11000 ਰੁਪਇਆ ਉਹਨਾਂ ਨੇ ਆਪਾਂ ਨੂੰ ਜੋ ਗੁਰੂ ਜੀ ਦਾ ਲੰਗਰ ਚੱਲ ਰਿਹਾ ਇੱਥੇ, ਠੀਕ ਹੈ, ਗੁਰੂ ਨਾਨਕ ਦੇਵ ਜੀ ਨੇ ਲੰਗਰ ਆਪਣੇ ਨੇ ਚਲਾਇਆ ਗੁਰੂ ਜੀ ਮਹਾਰਾਜ ਜੀ ਨੇ, ਅਤੇ ਉਹਨਾਂ ਦੀ ਹਿੱਸਾ ਪਾਇਆ ਗਾ ਉਹਨਾਂ ਨੇ ਦਿੱਤੇ 11000 ਰੁਪਇਆ। ਇਹ ਗੱਲ ਉਹਨਾਂ ਨੇ ਕਹੀ ਹੈ ਵੀ ਆਪਾਂ ਨੇ ਰਾਜੂ ਅਤੇ ਆਪਾਂ ਚਰਨੇ ਨੂੰ ਦੇਣੇ ਨੇ ਪੈਸੇ। ਹਾਂਜੀ ਹਾਂਜੀ ਬਾਈ ਜੀ, ਇਹ ਗੱਲ ਮੇਰੀ ਹੋਈ ਉਹਨਾਂ ਨਾਲ, 5000 ਰੁਪਇਆ ਰਾਜੂ ਵੀਰ ਜੀ ਨੂੰ ਅਤੇ 5000 ਰੁਪਇਆ ਚਰਨੇ ਵੀਰ ਜੀ ਨੂੰ, ਉਹਨਾਂ ਨੇ ਖੁਸ਼ ਹੋ ਕੇ ਇਹਨਾਂ ਨੂੰ ਦਿੱਤਾ ਹੈਗਾ ਨਾਮ। ਜਿਹੜੇ ਲਾਈਵ ਸੌਦੇ ਦਿਖਾਉਣੇ ਆਪਾਂ, ਇਹਨਾਂ ਬਹੁਤ ਵਧੀਆ ਉਹਨਾਂ ਨੂੰ ਚੰਗੇ ਲੱਗੇ ਹੈਗੇ, ਉਹ ਪੂਰੇ ਖੁਸ਼ ਹੋਏ ਨੇ, ਉਹ ਕਹਿੰਦੇ ਨੇ ਵੀ ਸਾਡੇ ਦਿਲ 'ਚ ਇੱਕ ਸਾਨੂੰ ਪੁਰਾਣਾ ਵਿਰਸਾ ਮਿਲ ਰਿਹਾ ਤੁਹਾਡੇ ਯੂਟਿਊਬ ਰਾਹੀਂ, ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਉਹਨਾਂ ਨੂੰ 14-14 ਘੰਟੇ ਉੱਥੇ ਕੰਮ ਕਰਨਾ ਪੈਂਦਾ, ਅਤੇ ਬਾਅਦ ਦੇ ਵਿੱਚ ਉਹ ਜਦੋਂ ਕੰਮ ਤੋਂ ਆ ਜਾਂਦੇ ਆ ਤਾਂ ਉਹ ਆਪਣੀਆਂ ਯੂਟਿਊਬ ਵਾਲੀਆਂ ਜਿਹੜੀਆਂ ਇਹ ਵੀਡੀਓ ਐਲਪੀ ਲਾਉਣੇ ਵਾਲੀਆਂ ਉਹ ਦੇਖਦੇ ਨੇ, ਅਤੇ ਉਹ ਕਹਿੰਦੇ ਵੀ ਸਾਨੂੰ ਬੜੀ ਖੁਸ਼ੀ ਹੁੰਦੀ ਹੈਗੀ ਜੀ। ਇਸ ਕਰਕੇ ਵਿਚਾਰਿਆਂ ਨੇ ਵਧੀਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਆਪਣੀ ਸਾਰੀ ਟੀਮ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਇਹਨਾਂ ਗਰੀਬਾਂ ਵਿਚਾਰਿਆਂ ਦਾ ਮਾਣ ਰੱਖਿਆ। ਆਪਾਂ ਵੀ ਸੁਖਦੀਪ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਨੇ ਐਡਾ ਵੱਡਾ ਉੱਦਮ ਉਪਰਾਲਾ ਕਰਕੇ ਇਹਨਾਂ ਵੀਰਾਂ ਨੂੰ ਜਿਹੜੀ ਮਾਇਆ ਉਹ ਭੇਜੀ ਹੈ, ਅਤੇ ਆਪਾਂ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਚਿਰ ਤੋਂ ਸਾਨੂੰ ਫੋਲੋ ਕਰ ਰਹੇ ਹੋ, ਦੇਖ ਰਹੇ ਹੋ, ਇਸ ਕਰਕੇ ਲਓ ਬਾਈ ਜੀ ਹੁਣ ਤੁਸੀਂ ਪੈਸੇ ਦਿਓ। ਕਿਵੇਂ ਲੱਗਿਆ ਰਾਜੂ ਪੈਸੇ ਲੈ ਕੇ? ਬਹੁਤ ਵਧੀਆ ਲੱਗੇ ਜੀ। ਅੱਛਾ, ਲੱਗਣਾ ਦੇ ਬਾਈ ਕੱਲਾ ਬਾਬਲੀ ਬਾਈ ਬਹੁਤ ਬੋਲਦਾ ਹੁੰਦਾ, ਆਉਣ ਵਾਲੇ ਸਮੇਂ 'ਚ ਬਾਬਲੀ ਨੂੰ ਕਹਾਂਗੇ ਵੀ ਤੂੰ ਵੀ ਵੱਧ ਬੋਲਿਆ ਕਰ। ਅੱਛਾ, ਵੀ ਚਰਨੇ ਬਾਈ ਬਰਾ ਜਾ, ਕਿਵੇਂ ਲੱਗਿਆ ਤੈਨੂੰ? ਮੀਂਹ ਸੀ ਮੈਨੂੰ 5000 ਦਊਗਾ, ਇਹਨਾਂ ਨਾਲ ਬਹੁਤ ਵਧੀਆ ਫਾਇਦਾ ਹੁੰਦਾ ਗਾ ਆਪਣੇ ਨੌਜਵਾਨਾਂ ਦਾ, ਜਿਹੜੇ ਹੁਣ ਨੌਜਵਾਨ ਅੱਗੇ ਲੱਗਣਗੇ ਬੱਕਰੀਆਂ, ਅੱਗੇ ਦਾ ਜਿਹੜੇ ਨੌਜਵਾਨ ਸੀਗੇ ਉਹ ਬੱਕਰੀਆਂ ਤੋਂ ਡਰਦੇ ਸੀਗੇ, ਜਿਹੜੀ ਬੱਕਰੀ ਹੈ ਉਹਦੇ ਨਾਂ ਤੋਂ ਡਰ ਜਾਂਦੇ ਸੀ ਬੱਕਰੀ ਚਾਰ ਨਹੀਂ ਪਊਗੀ, ਆਪਾਂ ਹੁਣ ਆਪਾਂ ਨੂੰ ਬੱਕਰੀ ਚਾਰ ਬਾਹਰ ਲਿਜਾਣ ਦੀ ਲੋੜ ਨਹੀਂ, ਆਪਾਂ ਘਰੇ ਵੀ ਆਪਾਂ ਫਾਰਮ ਦੇ ਵਿੱਚ ਰੱਖ ਸਕਦੇ ਅਤੇ ਆਪਣਾ ਜਿਹੜਾ ਬਿਜ਼ਨਸ ਉਹ ਵਧਾ ਸਕਦੇ। ਬਹੁਤ ਖੁਸ਼ੀ ਹੋਈ ਬਾਈ, ਆਪਾਂ ਨੂੰ ਬੜੀ ਖੁਸ਼ੀ ਹੈ ਕਿ ਆਪਣੀ ਵੀਡੀਓ ਦੇ ਰਾਹੀਂ ਨਾ ਵੀਰ ਦੇਖ ਰਹੇ ਨੇ ਅਤੇ ਪਿਆਰ ਦੇ ਰਹੇ ਨੇ, ਅੱਜ ਇੰਨਾ ਮਾਣ ਸਨਮਾਨ ਜਿਹੜਾ ਇਹਨਾਂ ਵੀਰਾਂ ਦਾ ਕੀਤਾ ਗਿਆ, ਸੋ ਆਪਾਂ ਵਿਸ਼ੇਸ਼ ਤੌਰ 'ਤੇ ਸਾਰੇ ਹੀ ਦੇਸ਼ ਵਿਦੇਸ਼ ਅਤੇ ਜੋ ਵੀ ਵੀਰ ਦੇਖ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਕੁਲਦੀਪ ਦੇਗੇ ਵਾਲੇ ਬਾਈ ਦਾ, ਇਹਨਾਂ ਦੇ ਫਾਦਰ ਸਾਹਿਬ
ਦੇਵ ਸਿੰਘ ਜੀ ਖਾਲਸਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਬੇਗਾ ਮੰਡੀ ਦਾ ਧੰਨਵਾਦ ਕਰਦੇ ਹਾਂ ਤੇ ਬਾਈਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਦੇਵ ਸਿੰਘ ਜੀ ਨਾਲ ਵੀ ਗੱਲਬਾਤ ਕਰ ਦਿਆਂਗੇ। ਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਕਿਵੇਂ ਲੱਗਿਆ ਇਹ ਬਾਈਆਂ ਨੇ ਆਪਾਂ ਐਡਾ ਹੰਭਲਾ ਮਾਰਿਆ ਤੇ ਬਾਈਆਂ ਦਾ ਮਾਨ ਸਨਮਾਨ ਕੀਤਾ? ਬਹੁਤ ਵਧੀਆ ਲੱਗਿਆ ਜੀ, ਮੈਨੂੰ ਲੱਗਦਾ ਪਹਿਲਾਂ ਕਿਸੇ ਮੰਡੀ ਤੇ ਇਸ ਤਰ੍ਹਾਂ ਨਹੀਂ ਹੋਇਆ ਜੇ ਪਹਿਲੀ ਵਾਰ ਆਪਣੀ ਤੇ ਹੋਇਆ। ਪਹਿਲੀ ਵਾਰ ਹੋਇਆ ਜੀ, ਪਹਿਲੀ ਵਾਰ। ਬਹੁਤ ਵਧੀਆ ਪਿਆਰ ਦਿੱਤਾ ਜੀ, ਬਾਹਰੋਂ ਬਹੁਤ ਵਧੀਆ, ਬਹੁਤ ਧੰਨਵਾਦ ਕਰਦੇ ਹਾਂ ਅਸੀਂ ਉਹ ਵੀਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਵਾਗਤ ਕਰਿਆ ਹੈਗਾ। ਦੀਪ ਸਿੰਘ ਜੀ, ਦੀਪ ਸਿੰਘ ਜੀ, ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ ਹੈ ਜੀ, ਉਹਨਾਂ ਦਾ ਧੰਨਵਾਦ ਕਰਦਾ ਹੈ। ਕੈਲੀਫੋਰਨੀਆ ਤੋਂ ਸੁਖਦੀਪ ਸਿੰਘ ਜੀ, ਜਿਨ੍ਹਾਂ ਨੇ ਸਾਡਾ ਐਡਾ ਵੱਡਾ ਮਾਣ ਕਰਿਆ ਸਾਡੇ ਪੰਜਾਬ ਜ਼ਿਲ੍ਹੇ ਸੰਗਰੂਰ 'ਚ, ਬਾਕੀ ਜ਼ਿਲ੍ਹਾ ਆਪਣਾ ਬਠਿੰਡਾ ਪਿੰਡ ਬੇਗਾ ਲਹਿਰਾ, ਦੇਵ ਹੋਰਾਂ ਦਾ ਬਦੌਲਤ, ਮੇਰਾ ਬਾਈ ਕੁਲਦੀਪ ਜੀ, ਧੰਨਵਾਦ। ਇਹਨਾਂ ਦੀ ਮੰਡੀ ਨੂੰ ਫੁੱਲ ਲੱਗਦੇ ਰਹਿਣ ਸਦਾ ਹੀ। ਲਓ ਬਾਈ ਉਹ ਧੰਨਵਾਦ, ਅਖੀਰ ਦੇ ਵਿੱਚ ਸਾਰੇ ਵੀਰ ਵੱਧ ਤੋਂ ਵੱਧ ਮੰਡੀ 'ਤੇ ਪਹੁੰਚਿਆ ਕਰੋ, ਮੰਡੀ 'ਤੇ ਆਇਆ ਕਰੋ, ਆਪਾਂ ਇੰਟਰਟੇਨਮੈਂਟ ਦੇ ਨਾਲ ਨਾਲ ਚੰਗੇ ਤੋਂ ਚੰਗੇ ਜਾਨਵਰ ਆ ਜਿਹੜੇ ਉਹ ਵੀ ਦਿਖਾਉਂਦੇ ਰਿਹਾ ਕਰਾਂਗੇ। 11,000 ਰੁਪਇਆ ਸੁਖਦੀਪ ਬਾਈ ਨੇ ਲੰਗਰ ਵਾਸਤੇ ਭੇਜੇ, ਜੋ ਕਿ ਆਪਾਂ ਮੰਡੀ 'ਤੇ ਲੰਗਰ ਲਗਾਉਣੇ। ਲੰਗਰ ਵੀ ਉਰੇ ਬਹੁਤ ਵਧੀਆ ਜਿਹੜਾ ਉਹ ਲਗਾਇਆ ਜਾਂਦਾ, ਚਾਹ ਪਾਣੀ ਦਾ ਲੰਗਰ ਦਾ ਫੁੱਲ ਪ੍ਰਬੰਧ ਹੈ ਜਿਹੜਾ ਉਹ ਕੀਤਾ ਗਿਆ। ਸੋ ਅਖੀਰ ਦੇ ਵਿੱਚ ਇਹੀ ਕਹਿੰਦੇ ਹਾਂ, ਵੱਧ ਤੋਂ ਵੱਧ ਮੰਡੀ 'ਤੇ ਪਹੁੰਚੇ ਕਰੋ, ਮੰਡੀ 'ਤੇ ਲਾਹੇ ਲਓ, ਖਰੀਦ ਵਿੱਚ ਕਰੋ, ਵੱਧ ਤੋਂ ਵੱਧ ਜਾਨਵਰ ਲਿਆਓ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ। ਬਹੁਤ ਬਹੁਤ ਧੰਨਵਾਦ।